ਸੋ ਅੰਜੀ ਦੋਤੋ ਸਤਿ ਸ੍ਰੀ ਅਕਾਲ ਜੀ ਮਹਿਰਮਨਦੀਪ ਸਿੰਘ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਅਤੇ ਸਵਾਗਤ ਕਰਦਾ ਹਾਂ ਜੀ ਸਾਰਿਆਂ ਦੇ ਇੱਕ ਵਾਰ ਤੋਂ ਫੇਰੇ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਦੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਦੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਨ ਬਾਇ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲ ਜੇਗੀ ਸੋ ਇਸ ਚੈਨਲ ਦੇ ਉੱਤੇ ਪੀ ਐਸਟੈਟ ਸੀਟੈਟ ਮਾਸਟਰ ਕੈਡਰ ਐਂਟੀਟੀ ਦੇ ਪਟਵਾਰੀ ਦੇ ਇਗਜ਼ਾਮ ਦੇ ਨਾਲ ਸੰਬੰਧਿਤ ਵੀਡੀ ਕਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਮੋਸਟ ਇੰਪੋਰਟੈਂਟ ਜੀਕੇ ਜੋ ਕਿ ਜੁਨਿਕ ਦੇ ਵਿੱਚੋਂ ਲੈ ਕੇ ਹੈਗੇ ਨੇ ਜੁਨਿਕ ਦੀ ਜੋ ਬੁੱਕ ਆਉਂਦੀ ਹੈ ਸੋ ਬਹੁਤ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਜਿਹੜੇ ਵਿੱਚ ਕੁਐਸਚਨ ਨੇ ਸੋ ਉਹਨਾਂ ਦੇ ਵਿੱਚੋਂ ਲੈਤੀ ਗਿਆ ਤਾਂ ਕਿ ਤੁਸੀਂ ਬਹੁਤ ਸਾਰੇ ਜਿਹੜੇ ਐਗਜ਼ਾਮ ਨੇ ਉਹਨਾਂ ਨੂੰ ਸੋਲਵ ਕਰ ਚੁੱਕੋ ਹੁਣ ਸੋ ਇਹ ਪੀਐਸਟੈਟਸ ਸਪੈਸ਼ਲੀ ਪੀਐਸਟੈਟਸ ਦੇ ਲਈ ਬਹੁਤ ਇੰਪੋਰਟੈਂਟ ਨੇ ਹਾਲਾਂਕਿ ਬਾਕੀ ਦੇ ਐਗਜ਼ਾਮ ਦੇ ਲਈ ਵੀ ਹੈਗਾ ਜਿਵੇਂ ਕਿ ਐਨਟੀਟੀ ਪਟਵਾਰੀ ਔਰ ਮਾਸਟਰ ਗ੍ਰੇਡਰ ਇਹਨਾਂ ਦੇ ਲਈ ਵੀ ਜਿਹੜਾ ਇੰਪੋਰਟੈਂਟ ਨੇ ਕਿਉਂਕਿ ਬਹੁਤ ਸਾਰੇ ਕੁਐਸਚਨ ਇਸ ਬੁੱਕ ਦੇ ਵਿੱਚੋਂ ਆ ਜਾਂਦੇ ਹੁੰਦੇ ਸੋ ਇਹ ਫਸਟ ਸੈਕੰਡ ਪਾਰਟ ਐਸ ਤੋਂ ਪਹਿਲਾਂ ਫਸਟ ਪਾਰਟ ਜਿਹੜਾ ਉਹ ਅਪਲੋਡ ਕੀਤਾ ਹੋਇਆ ਤੁਸੀਂ ਜਨਰਲ ਨੋਲੇਜ ਵਾਲਾ ਜਿਹੜਾ ਪਾਰਟ ਹੈ ਪਲੇਲਿਸਟਾ ਉਸ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੋ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਜਿਹੜੀਆਂ ਉਹ ਮਿਲਦੀਆਂ ਰਹਿਣੀਆਂ ਸੋ ਇਹ ਗਰੁੱਪ ਪੇਡ ਹੈ ਅਗਰ ਤੁਸੀਂ ਐਡ ਹੋਣਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੀ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਫਸਟ ਕੁਐਸਚਨ ਹੈ ਜੀ ਸਾਡਾ ਸੋ শীত ਉਸ਼ਨ ਕਾ ਖੇਤਰਾ ਵਿੱਚ ਕਿਸ ਤਰ੍ਹਾਂ ਦੀ ਮਿੱਟੀ ਪਾਈ ਜਾਂਦੀ ਹੈ ਸੋ ਆਪਸ਼ਨ 1 ਹੈ ਲਾਲ ਮਿੱਟੀ ਆਪਸ਼ਨ 2 ਹੈ ਪੂਰੀ ਮਿੱਟੀ ਆਪਸ਼ਨ 3 ਹੈ ਕਾਲੀ ਮਿੱਟੀ ਅਤੇ ਆਪਸ਼ਨ 4 ਹੈ ਪਡੋਸੋਲ ਮਿੱਟੀ শীত ਉਸ਼ਨ শীত ਉਸ਼ਨ ਮੀਨ ਤੁਕੇ ਜਿਹੜਾ ਠੰਡਾ ਇਲਾਕਾ ਹੁੰਦਾ ਹੈਗਾ শীত ਦਾ ਮਤਲਬ ਠੰਡਾ ਹੈ ਨਾ শীত ਲਹਿਰ ਉਸ ਨੂੰ ਅਸੀਂ ਜੋੜ ਸਕਦੇ ਹੈਗੇ ਤਾਂ ਉਸ ਤੇ ਮਤਲਬ ਹੁੰਦਾ ਹੈ ਕਿ ਜਿਹੜੇ ਠੰਡੇ ਇਲਾਕੇ ਨੇਗੇ ਉਸ ਇਲਾਕੇ ਦੇ ਵਿੱਚ ਜਿਹੜਾ ਕਾ ਦਾ ਖੇਤਰ ਹੁੰਦਾ ਹੈ ਤਾਂ ਉੱਥੇ ਜਿਹੜੀ ਮਿੱਟੀ ਹੁੰਦੀ ਹੈ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਰਾਈਟਸ ਦਾ ਅਨਸਰ ਸੀ ਆਪਸ਼ਨ ਸੀ ਤੁਸ਼ਨ ਖੇਤਰ ਜਿੱਥੇ ਕਾ ਦੇ ਮੈਦਾਨ ਪਾਈ ਜਾਂਦੇ ਨੇ ਜਾਂ ਕਾ ਦੇ ਖੇਤਰ ਨੇ ਤਾਂ ਉਹਨਾਂ ਨੂੰ ਅਸੀਂ ਕਾਲੀ ਮਿੱਟੀ ਦੇ ਵਿੱਚ ਕਹਿ ਸਕਦੇ ਹਾਂ ਜਿਆਦਾ ਗ੍ਰੋਥ ਕਰਦੇ ਹੈਗੇ ਨਹੀਂ ਤਾਂ ਇਸ ਕਰਕੇ ਕੀ ਤੇ ਕਾਲੀ ਮਿੱਟੀ ਹੈ ਜਿਹੜੀ ਉਹ ਜਿਆਦਾ ਮਾਤਰਾ ਵਿੱਚ ਪਾਈ ਜਾਂਦੀ ਹੈਗੀ ਹੈ ਨੈਕਸਟ ਹੈ 2 ਨੰਬਰ ਰਫਤ ਕੇ ਨਫਤ ਸਫੀਦ ਅਭਜ਼ਾਰੀ ਅਤੇ ਲਾਲ ਕੇ ਲਾਲੀ ਖੇਤਰ ਕਿਸ ਲਈ ਪ੍ਰਸਿੱਧ ਹਨ ਸੋ ਆਪਸ਼ਨ 1 ਹੈ ਕੋਲੇ ਦੇ ਲਈ ਆਪਸ਼ਨ 2 ਹੈ ਪੈਟਰੋਲ ਦੇ ਲਈ ਆਪਸ਼ਨ 3 ਹੈ ਲੋਹਾ ਇਸਪਾਤ ਦੇ ਲਈ ਅਤੇ ਆਪਸ਼ਨ 4 ਹੈ ਅਬਰਕ ਦੇ ਲਈ ਸੋ ਇਹਦੇ ਵਿੱਚ ਜੀਓਗ੍ਰਾਫੀ ਇਕਨੋਮਿਕਸ ਪੋਲੀਟੀਕਲ ਔਰ ਹਿਸਟਰੀ ਇਹ ਸਾਰੇ ਮਿਕਸ ਅਪ ਨੇ ਕਿਉਂਕਿ ਯਾਨੀਕਿ ਦੇ ਵਿੱਚ ਸਾਰਾ ਜਿਹੜਾ ਉਹ ਮਿਕਸ ਅਪ ਹੈ ਹਾਲਾਂਕਿ ਇਸ ਤੋਂ ਬਾਅਦ ਮੈਂ ਇਸ ਨੂੰ ਲੱਗ ਕਰ ਦੇਵਾਂਗਾ ਸ ਹਿਸਟਰੀ ਦੇ ਲੱਗ ਪੋਲੀਟੀਕਲ ਦੇ ਲੱਗ ਜੀਓਗ੍ਰਾਫੀ ਦੇ ਲੱਗ ਕਰ ਦੇਵਾਂਗਾ ਬਟ ਇੱਕ ਵਾਰ ਜਿਹੜੇ ਨੇ ਇਹ ਇਕੱਠੇ ਹੈਗੇ ਨੇ ਠੀਕ ਹੈ ਤਾਂ ਰਫਤ ਕੇ ਨਾਫਤ ਸਫੇਦ ਅਗਜ਼ਾਰੀ ਲਾਲੀ ਇਹ ਖੇਤਰ ਜਿਹੜੇ ਨੇ ਪੈਟਰੋਲ ਨਾਲ ਸੰਬੰਧਿਤ ਨੇ ਯਾਨੀ ਕਿ ਇਹਨਾਂ ਇਲਾਕਿਆਂ ਦੇ ਵਿੱਚੋਂ ਬਹੁਤ ਮਾਤਰਾ ਦੇ ਵਿੱਚ ਪੈਟਰੋਲ ਜਿਹੜਾ ਉਹ ਗੈਨ ਕੀਤਾ ਜਾਂਦਾ ਹੈ ਨੈਕਸਟ ਹੈ 23 ਨੰਬਰ ਮਹਾਨ ਅਰਥਸ਼ਾਸਤਰੀ ਕਿਹੜੇ ਮੁਸਲਮਾਨ ਸ਼ਾਸਕ ਨੂੰ ਕਿਹਾ ਜਾਂਦਾ ਹੈ অপਸ਼ਨ 1 ਹੈ ਸ਼ੇਰ ਸ਼ਾ ਸੂਰੀ ਨੂੰ অপਸ਼ਨ 2 ਹੈ ਔਰੰਗਜ਼ੇਬ ਨੂੰ অপਸ਼ਨ 3 ਹੈ ਇਲਤੁਤਮਿਸ ਨੂੰ ਅਤੇ অপਸ਼ਨ 4 ਹੈ ਅਲਾਉਦੀਨ ਖਿਲਜੀ ਨੂੰ ਤਾਂ ਮੁਸਲਮਾਨ ਸ਼ਾਸਕਾਂ ਦੇ ਵਿੱਚੋਂ ਵੀ ਇੱਕ ਵਿਅਕਤੀ ਜਿਹੜਾ ਸੀ ਅਰਥ ਸ਼ਾਸਤਰ ਦੇ ਵਿੱਚ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਫੇਮਸ ਰਿਹਾ ਸੀਗਾ ਤਾਂ ਇਸ ਦਾ ਨਾਮ ਸੀ ਅਲਾਉਦੀਨ ਖਿਲਜੀ ਸਹੀ ਮਹਾਨ ਅਰਥਸ਼ਾਸਤਰੀਆਂ ਦੇ ਵਿੱਚ ਗਿਣੇ ਜਾਂਦੇ ਨੇ ਪੁਰਾਣੇ ਸਮੇਂ ਦੇ ਵਿੱਚ ਮੁਸਲਮਾਨ ਸ਼ਾਸਕਾਂ ਦੇ ਵਿੱਚੋਂ ਸਭ ਤੋਂ ਅੱਛੇ ਮਹਾਨ ਜਿਹੜੇ ਕਹਿ ਸਕਦੇ ਹਾਂ ਅਰਥ ਸਾਸਤ੍ਰ ਨੂੰ ਇਕਨੋਮੀ ਨੂੰ ਲੈ ਕੇ ਜਿਹੜਾ ਜਾਣਕਾਰੀ ਸੀ। ਨੈਕਸਟ ਹੈ 24 ਨੰਬਰ ਤਾਮਲ ਪਾਸ਼ਾ ਵਿੱਚ ਪੱਲਵ ਸ਼ਬਦਾ ਅਰਥ ਹੁੰਦਾ ਹੈ অপਸ਼ਨ 1 ਹੈ ਕਿਸਾਨ অপਸ਼ਨ 2 ਹੈ ਸ਼ਕਤੀਸ਼ਾਲੀ অপਸ਼ਨ 3 ਹੈ ਡਾਕੂ ਅਤੇ অপਸ਼ਨ 4 ਹੈ ਰੱਬ ਦਾ ਦੂਤ। ਤਾਮਲ ਪਾਸ਼ਾ ਦੇ ਵਿੱਚ ਪੱਲਵ ਸ਼ਬਦਾ ਦਾ ਅਰਥ ਹੁੰਦਾ ਹੈ ਕਿ ਡਾਕੂ ਕਿਸੇ ਪ੍ਰਕਾਰ ਦੇ ਲੁਟੇਰੇ ਜਿਹੜੇ ਕਿ ਲਗ 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 ਇਹਨੂੰ ਜੇ ਦੇ ਨਹੀਂ ਹੈ ਨਾ ਸੋ ਇਸੇ ਕਰਕੇ ਇਹਨਾਂ ਨੂੰ ਡਾਕੂਆਂ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਸੀ ਕਿਉਂਕਿ ਪੱਲੋ ਪ੍ਰਜਾਤੀ ਸੀਗੀ ਜਿਹੜੀ ਵੰਛੀ ਜਿਹੜਾ ਬੜੇ ਕਹਿ ਸਕਦਾ ਹੈ ਨਾ ਹਮਲੇ ਕਰਦਾ ਹੁੰਦਾ ਸੀ ਸੋ ਇਸ ਕਰਕੇ ਇਹਨਾਂ ਨੂੰ ਡਾਕੂਆਂ ਦੇ ਨਾਮ ਨਾਲ ਹੀ ਪੁਕਾਰਿਆ ਜਾਂਦਾ ਸੀਗਾ ਨੈਕਸਟ ਹੈ 25 ਨੰਬਰ ਸੰਸਦਾਂ ਦੀ ਮਾਂ ਕਿਸ ਨੂੰ ਕਿਹਾ ਜਾਂਦਾ ਹੈ ਸੋ ਆਪਸ਼ਨ 1 ਹੈ ਬ੍ਰਿਟਿਸ਼ ਸੰਸਦ ਨੂੰ ਆਪਸ਼ਨ 2 ਹੈ ਅਮਰੀਕੀ ਸੰਸਦ ਨੂੰ ਆਪਸ਼ਨ 3 ਹੈ ਭਾਰਤੀ ਸੰਸਦ ਨੂੰ ਅਤੇ ਆਪਸ਼ਨ 4 ਹੈ ਸਵਿਟਸ ਸੰਸਦ ਨੂੰ ਸੰਸਦਾਂ ਦੀ ਮਾਂ ਇਹਨਾਂ ਦੇ ਵਿੱਚੋਂ ਕਿਹਾ ਜਾਂਦਾ ਹੈਗਾ ਬ੍ਰਿਟਿਸ਼ ਸੰਸਦ ਨੂੰ ਸੋ ਕਿਉਂਕਿ ਜਿਹੜੇ ਜਨਮਦਾਤਾ ਸੰਸਦ ਦਾ ਮੰਨਿਆ ਜਾਂਦਾ ਹੈ ਉਹ ਬ੍ਰਿਟਿਸ਼ ਹੀ ਮੰਨਿਆ ਜਾਂਦਾ ਹੈ ਸੋ ਇਸੇ ਆਧਾਰ ਦੇ ਉੱਪਰ ਜਿਹੜਾ ਬ੍ਰਿਟਿਸ਼ ਸੰਸਦ ਨੂੰ ਬਾਕੀ ਦੇ ਜਿਹੜੇ ਸੰਸਦ ਨੇਗੇ ਚਾਹੇ ਉਹ ਭਾਰਤ ਦੇ ਵਿੱਚ ਆ ਅਮਰੀਕਾ ਦੇ ਵਿੱਚ ਆ ਉਹ ਸਾਰੇ ਕੀ ਹੈ ਕਿ ਇੱਥੋਂ ਕ੍ਰੀਏਟ ਕੀਤੇ ਗਏ ਹੈਗੇ ਨਹੀਂਗੇ ਠੀਕ ਹੈ ਇਸ ਕਰਕੇ ਇਹਨਾਂ ਨੂੰ ਬ੍ਰਿਟਿਸ਼ ਨੂੰ ਸੰਸਦਾਂ ਦੀ ਮਾਮਲੇ ਦੇ ਨਾਲ ਜਿਹੜਾ ਪੁਕਾਰਿਆ ਜਾਂਦਾ ਹੈ ਨੈਕਸਟ ਹੈ 26 ਨੰਬਰ ਭਾਰਤ ਸਰਕਾਰ ਦਾ ਪਹਿਲਾ ਕਾਨੂੰਨ ਅਧਿਕਾਰੀ ਕੌਣ ਹੁੰਦਾ ਹੈ অপਸ਼ਨ 1 ਹੈ ਭਾਰਤੀ ਕਾਨੂੰਨ ਵਿਭਾਗ অপਸ਼ਨ 2 ਹੈ ਮਹਾਨਿਆਵਾਦੀ অপশন 3 ਹੈ ਸੁਪਰੀਮ ਕੋਰਟ ਦਾ ਮੁੱਖ ਜੱਜ ਅਤੇ অপশন 4 ਹੈ ਕਾਨੂੰਨ ਮੰਤਰੀ ਰਾਈਟਸ ਦਾ ਅਨਸਰ ਡੀ অপਸ਼ਨ ਭਾਰਤ ਸਰਕਾਰ ਦਾ ਪਹਿਲਾ ਕਾਨੂੰਨ ਅਧਿਕਾਰੀ ਜਿਹੜਾ ਇਹਨਾਂ ਦੇ ਵਿੱਚ ਹੁੰਦਾ ਹੈ ਉਹ ਕਾਨੂੰਨ ਮੰਤਰੀ ਹੁੰਦਾ ਹੈ ਜਿਸ ਤੇ ਦੁਆਰਾ ਕਾਨੂੰਨ ਜਿਹੜੇ ਕ੍ਰੀਏਟ ਕਰਨ ਦੀ ਸ਼ਕਤੀ ਹੁੰਦੀ ਹੈ ਠੀਕ ਹੈ ਹਾਲਾਂਕਿ ਸੰਸਦ ਦੇ ਦੁਆਰਾ ਬਣਾਇਆ ਜਾਂਦਾ ਹੈ ਬਟ ਮੰਤਰੀ ਵੀ ਜਿਹੜਾ ਉਹ ਨਿਸ਼ਚਿਤ ਕੀਤਾ ਹੋਇਆ ਕਾਨੂੰਨ ਦਾ ਜਿਹੜਾ ਐਕਸਪਰਟ ਹੁੰਦਾ ਹੈ ਠੀਕ ਹੈ ਤਾਂ ਉਹ ਪਹਿਲਾ ਕਾਨੂੰਨ ਅਧਿਕਾਰੀ ਹੁੰਦਾ ਹੈਗਾ ਭਾਰਤ ਸਰਕਾਰ ਦਾ ਨੈਕਸਟ ਹੈ ਸਤਾਈ ਨੰਬਰ ਬਿਊਰੋਕਰੇਸੀ ਸ਼ਬਦ ਦੀ ਉਤਪਤੀ ਹੋਈ ਹੈ ਸੋ ਆਪਸ਼ਨ 1 ਹੈ ਇੰਗਲੈਂਡ ਦੇ ਵਿੱਚ ਆਪਸ਼ਨ 2 ਹੈ ਫਰਾਂਸ ਦੇ ਵਿੱਚ ਆਪਸ਼ਨ 3 ਹੈ ਜਰਮਨੀ ਦੇ ਵਿੱਚ ਅਤੇ ਆਪਸ਼ਨ 4 ਹੈ ਅਮਰੀਕਾ ਦੇ ਵਿੱਚ ਬਿਊਰੋਕਰੇਸੀ ਜਿਹੜੀ ਬੜਾ ਇੰਪੋਰਟੈਂਟ ਹੈਗੀ ਹੈ ਗਵਰਨਮੈਂਟ ਦੇ ਲਈ ਹਨਾ ਸੋ ਸੋਸ਼ੀਅਲ ਸਰਵਿਸ ਦੇ ਵਿੱਚ ਆ ਜਾਂਦੀ ਹੈਗੀ ਹੈ ਸੋ ਇਸ ਦੀ ਜਿਹੜੀ ਵਿਵਸਥਾ ਕੀਤੀ ਗਈ ਹੈਗੀ ਇਹ ਸਭ ਤੋਂ ਪਹਿਲਾਂ ਜਾਂ ਉਤਪਤੀ ਜਿਹੜੀ ਹੋਈ ਆ ਉਹ ਫਰਾਂਸ ਦੇ ਵਿੱਚ ਹੋਈ ਸੀਗੀ ਉਸ ਤੋਂ ਬਾਅਦ ਬਾਕੀ ਦੇ ਇਲਾਕਿਆਂ ਦੇ ਵਿੱਚ ਜਿਹੜੀ ਹੈ ਇਹ ਡਿਵੈਲਪ ਹੋਈ ਸੀਗੀ ਨੈਕਸਟ ਹੈ 28 ਨੰਬਰ ਅਰਸਤੁ ਮੁਤਾਬਕ ਕਿਹੜੀ ਸਰਕਾਰ ਸਭ ਤੋਂ ਸ੍ਰੇਸ਼ਟ ਸਭ ਸ੍ਰੇਸ਼ਟ ਹੈਗੀ ਆ ਆਪਸ਼ਨ 1 ਹੈ ਲੋਕਤੰਤਰ ਆਪਸ਼ਨ 2 ਹੈ ਤਾਨਾਸ਼ਾਹੀ ਆਪਸ਼ਨ 3 ਹੈ ਸ਼ਾਸਨ ਤੰਤਰ ਅਤੇ ਆਪਸ਼ਨ 4 ਹੈ ਅਲਪਤੰਤਰ ਅਰਸਤੁ ਦੇ ਮੁਤਾਬਕ ਸਰਕਾਰ ਇਹਨਾਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਜਿਹੜੀ ਮੰਨੀ ਗਈ ਆ ਉਹ ਸ਼ਾਸਨ ਤੰਤਰ ਮੰਨੀ ਗਈ ਹੈ ਲੋਕਾਂ ਦੇ ਸ਼ਾਸਨ ਦੀ ਗੱਲ ਕੀਤੀ ਗਈ ਹੈ ਤੇ ਸਭ ਤੋਂ ਇੰਪੋਰਟੈਂਟ ਜਾਂ ਸਭ ਤੋਂ ਸਰਵ ਸ੍ਰੇਸ਼ਟ ਸਰਕਾਰ ਮੰਨੀ ਹੈਗੀ ਆ ਅਰਸਤੁ ਦੇ ਮੁਤਾਬਕ ਨੈਕਸਟ ਹੈ 29 ਨੰਬਰ ਸੰਸਾਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਵਿਧਾਨਪਾਲਿਕਾ ਕਿਸ ਨੂੰ ਮੰਨਿਆ ਗਿਆ ਹੈ অপਸ਼ਨ ਏ ਹੈ ਭਾਰਤੀ ਸੰਸਦ ਨੂੰ অপਸ਼ਨ 2 ਹੈ ਅਮਰੀਕੀ ਸੰਸਦ ਨੂੰ অপਸ਼ਨ 3 ਹੈ ਫ੍ਰਾਂਸੀਸੀ ਸੰਸਦ ਨੂੰ ਅਤੇ অপਸ਼ਨ 4 ਹੈ ਬ੍ਰਿਟਿਸ਼ ਸੰਸਦ ਨੂੰ ਰਾਈਟ ਅਸਰ ਆਨਸਰ ਡੀ অপਸ਼ਨ ਸੋ ਸੰਸਾਰ ਦੇ ਵਿੱਚ ਸਭ ਤੋਂ ਵੱਡੀ ਜਾਂ ਸਭ ਤੋਂ ਕਹਿ ਸਕਦੇ ਹਾਂ ਸ਼ਕਤੀਸ਼ਾਲੀ ਵਿਧਾਨਪਾਲਿਕਾ ਹੈਗੀ ਹੈ ਸੋ ਇਹ ਬ੍ਰਿਟਿਸ਼ ਸੰਸਦ ਹੈਗੀ ਹੈਗੀ ਸੋ ਇਸੇ ਕਰਕੇ ਹੀ ਇਸ ਨੂੰ ਜਿਹੜੇ ਬਾਕੀ ਦੇ ਜਿਹੜੇ ਦੇਸ਼ਾਂ ਦੀ ਮਾਂ ਦੇ ਰੂਪ ਦੇ ਵਿੱਚ ਸੰਸਦ ਦੇ ਮਾਂ ਦੇ ਰੂਪ ਦੇ ਵਿੱਚ ਜਿਹੜਾ ਇਹਨਾਂ ਨੂੰ ਜਾਣਿਆ ਜਾਂਦਾ ਹੈਗਾ ਨੈਕਸਟ ਹੈ 3 ਨੰਬਰ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦਾ ਜ਼ਿਕਰ ਕਿਹੜੇ ਦੇਸ਼ ਦੇ ਸੰਵਿਧਾਨ ਦੇ ਵਿੱਚ ਕੀਤਾ ਗਿਆ ਹੈ অপਸ਼ਨ 1 ਹੈ ਭਾਰਤ ਦੇ ਵਿੱਚ অপਸ਼ਨ 2 ਹੈ ਚੀਨ ਦੇ ਵਿੱਚ অপਸ਼ਨ 3 ਹੈ ਅਮਰੀਕਾ ਦੇ ਵਿੱਚ ਅਤੇ অপਸ਼ਨ 4 ਹੈ ਫਰਾਂਸ ਦੇ ਵਿੱਚ ਤੇ ਰਾਈਟ ਅਸਰ A অপਸ਼ਨ ਸੋ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦਾ ਜ਼ਿਕਰ ਜ਼ਿਕਰ ਮਿਲਦਾ ਹੈ ਤਾਂ ਉਹ ਇਕੱਲਾ ਭਾਰਤ ਦਾ ਸੰਵਿਧਾਨ ਹੈ ਜਿਸ ਦੇ ਵਿੱਚ ਸਾਰੇ ਵਿਸ਼ਵ ਦੀ ਗੱਲ ਕੀਤੀ ਗਈ ਹੈ ਕਿ ਸ਼ਾਂਤੀ ਬਣਾ ਕੇ ਰੱਖਣੀ ਹੈ ਸੁਰੱਖਿਆ ਬਣਾ ਕੇ ਰੱਖਣੀ ਹੈ ਕਿਸੇ ਦੂਸਰੇ ਦੇਸ਼ ਤੇ ਉੱਪਰ ਹਮਲਾ ਨਹੀਂ ਕਰਨਾ ਸਹੀ ਕੋਈ ਇੱਕ ਅਸਬਿਧਾਨਾ ਸਾਡੇ ਭਾਰਤ ਦਾ ਜਿਸ ਦੇ ਵਿੱਚ ਇਸ ਪੁਆਇੰਟ ਦਾ ਜਿਹੜਾ ਉਹ ਜ਼ਿਕਰ ਕੀਤਾ ਗਿਆ ਹੈ ਨੈਕਸਟ ਹੈ 31 ਨੰਬਰ ਸੂਚਨਾ ਦਾ ਅਧਿਕਾਰ ਮੁੱਖ ਰੂਪ ਵਿੱਚ ਕਿਹੜੇ ਉਦੇਸ਼ ਦੀ ਮਦਦ ਕਰਦਾ ਹੈ অপਸ਼ਨ 1 ਹੈ ਕਾਨੂੰਨੀ ਸੁਧਾਰ ਦੀ অপਸ਼ਨ 2 ਹੈ ਸਮਾਜਿਕ ਸਮਾਨਤਾ ਦੀ অপਸ਼ਨ 3 ਹੈ ਪਾਰਦਰਸ਼ੀ ਪ੍ਰਜਾਸ਼ਣ ਜੀ অপਸ਼ਨ 4 ਹੈ ਰਾਜਨੀਤਿਕ ਸੁਧਾਰ ਦੀ ਤਾਂ ਸੂਚਨਾ ਦਾ ਅਧਿਕਾਰ ਮੁੱਖ ਰੂਪ ਦੇ ਵਿੱਚ ਮਦਦ ਕਰਦਾ ਹੈ ਇਹਨਾਂ ਦੇ ਵਿੱਚੋਂ ਪਾਰਦਰਸ਼ੀ ਪ੍ਰਦਰਸ਼ਨ ਦੀ ਜਨਨ ਕਿ ਜੇਕਰ ਕਿਸੇ ਤਰ੍ਹਾਂ ਦਾ ਕੋਈ ਕਪਲਾ ਹੋਇਆ ਤਾਂ ਉਹਦੀ ਜਾਣਕਾਰੀ ਜਿਹੜਾ ਕੋਈ ਆਮ ਨਾਗਰਿਕ ਵੀ ਲੈ ਸਕਦਾ ਸੀ ਇਸ ਆਧਾਰ ਦੇ ਉੱਪਰ ਜਿਹੜਾ ਸੂਚਨਾ ਦਾ ਅਧਿਕਾਰ ਜਿਹੜਾ ਉਹ ਮਦਦ ਕਰਦਾ ਹੈ ਪਾਰਦਰਸ਼ੀ ਪ੍ਰਦਰਸ਼ਨ ਜਨਨ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਹਾਈਡ ਸੈਕਿਉਰਿਟੀ ਹੈ ਉਸ ਨੂੰ ਜਾਣ ਸਕਦੇ ਹੈ ਨਾ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਉਸ ਨੂੰ ਆਪਣੇ ਡਾਕੂਮੈਂਟ ਪ੍ਰਤੀ ਜਾਂ ਕਿਸੇ ਹੋਰ ਜਾਣਕਾਰੀ ਪ੍ਰਤੀ ਕਿਸੇ ਬਿੱਲ ਪ੍ਰਤੀ ਤੋਥੇ ਉਹ ਇਸ ਦੀ ਜਿਹੜੀ ਹੈਲਪ ਲੈ ਸਕਦਾ ਹੈ ਨੈਕਸਟ ਹੈ 32 ਨੰਬਰ ਭਾਰਤ ਦੇ ਮਹਾਂ ਲੇਖਾਕਾਰ ਦੀਆਂ ਰਿਪੋਰਟਾਂ ਦੀ ਜਾਂਚ ਕੌਣ ਕਰਦਾ ਹੈ অপਸ਼ਨ 1 ਹੈ ਵਿੱਤ ਮੰਤਰੀ অপਸ਼ਨ 2 ਹੈ ਸਰਵਜਨਿਕ ਲੇਖਾ ਸੰਮਤੀ অপਸ਼ਨ 3 ਹੈ ਵਿੱਤ ਮੰਤ్రਾਲੇ অপਸ਼ਨ 4 ਹੈ ਮੰਤਰੀ ਮੰਡਲ ਸਚਿਵ ਤਾਂ ਭਾਰਤ ਦੇ ਮਹਾਂ ਲੇਖਾਕਾਰ ਦੀ ਰਿਪੋਰਟ ਦੀ ਜਿਹੜੀ ਜਾਂਚ ਕਰਦੇ ਹਨ ਉਹਨਾਂ ਦੇ ਵਿੱਚੋਂ ਸਰਵਜਨਿਕ ਲੇਖਾ ਸੰਮਤੀ ਜਿਹੜੀ ਹੈਗੀ ਹੈਗੀ ਉਹ ਕਰਦੀ ਹੈ ਯਾਨੀ ਕਿ ਜਿੰਨੇ ਵੀ ਇੱਕ ਐਸਾ ਦੇਖਿਆ ਕਿਆਂ ਰਿਪੋਰਟਾਂ ਹੁੰਦੀਆਂ ਨੇ ਮਹਾਂ ਲੇਖਾਕਾਰ ਦੀਆਂ ਉਹ ਸਾਰੀਆਂ ਸਾਰੀਆਂ ਸਰਵਜਨਿਕ ਲੇਖਾ ਸੰਮਤੀ ਦੇ ਦੁਆਰਾ ਜਾਂਚ ਕੀਤੀਆਂ ਜਾਂਦੀਆਂ ਨੇ ਤੇ 3 ਨੰਬਰ ਕੁਐਸਚਨ ਹੈ ਅਨੁਸ਼ੇਚ 356 ਨੂੰ ਸੁਰੱਖਿਆ ਕਪਾੜ ਕਿਸ ਨੇ ਕਿਹਾ ਸੋ ਆਪਸ਼ਨ 1 ਹੈ ਮਹਾਤਮਾ ਗਾਂਧੀ ਨੇ ਆਪਸ਼ਨ 2 ਹੈ ਸਰਦਾਰ ਵੱਲਭਭਾਈ ਪਟੇਲ ਨੇ ਆਪਸ਼ਨ 3 ਹੈ ਡਾਕਟਰ ਰਜਿੰਦਰ ਪ੍ਰਸਾਦ ਨੇ ਅਤੇ ਆਪਸ਼ਨ 4 ਹੈ ਡਾਕਟਰ ਬੀ ਆਰ ਅੰਬੇਦਕਰ ਨੇ ਤਾਂ ਅਨੁਸ਼ੇਚ 356 ਜਿਹੜਾ ਕਿ ਰਾਸ਼ਟਰਪਤੀ ਦੀ ਸ਼ਕਤੀ ਦੇ ਅਧੀਨ ਹੌਨਾਂ ਦੇ ਸੰਕਟਕਾਲ ਸਥਿਤੀਆਂ ਦੇ ਵਿੱਚ ਹੁੰਦਾ ਹੈ ਇਸ ਨੂੰ ਸੁਰੱਖਿਆ ਕਪਾੜ ਜਿਹੜਾ ਕਿਹਾ ਗਿਆ ਹੈ ਇਹ ਡਾਕਟਰ ਪੀ ਆਰ ਅੰਬੇਦਕਰ ਦੇ ਦੁਆਰਾ ਕਿਹਾ ਗਿਆ ਹੈ ਸੋ ਇਹਨਾਂ ਨੂੰ ਇਹ ਸੁਰੱਖਿਆ ਕਪਾੜ ਦੇ ਨਾਮ ਨਾਲ ਜਾਣਦਾ ਸੀਗਾ ਅਨੁਸ਼ੇਚ 356 ਨੈਕਸਟ ਹੈ 34 ਨੰਬਰ ਲੈਨਨਵਾਦ ਦਾ ਜਨਮਦਾਤਾ ਕਿਸ ਨੂੰ ਮੰਨਿਆ ਗਿਆ ਹੈ অপਸ਼ਨ 1 ਹੈ Karl Marx ਨੂੰ অপਸ਼ਨ 2 ਹੈ Stalin ਨੂੰ অপਸ਼ਨ 3 ਹੈ Mao ਨੂੰ অপਸ਼ਨ 4 ਹੈ Trotsky ਨੂੰ ਤੇ ਲੈਨਨਵਾਦ ਦਾ ਜਨਮਦਾਤਾ ਜਿਹੜਾ ਇਹਨਾਂ ਦੇ ਵਿੱਚੋਂ ਆਹੋ Stalin ਹੈ ਜਿਸ ਨੇ ਕਹਿ ਸਾਦੇ ਹਨ ਲੈਨਨਵਾਦ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਹੈਗੀ ਹੈ ਨੈਕਸਟ ਹੈ 35 ਨੰਬਰ ਪਹਿਲਾ ਰਾਜਨੀਤਿਕ ਵਿਗਿਆਨੀ ਕਿਸ ਨੂੰ ਕਿਹਾ ਗਿਆ ਹੈ অপਸ਼ਨ 1 ਹੈ Aristotle ਨੂੰ অপਸ਼ਨ 2 ਹੈ Rousseau ਨੂੰ অপਸ਼ਨ 3 ਹੈ Plato ਨੂੰ অপਸ਼ਨ 4 ਹੈ Karl Marx ਨੂੰ ਪਹਿਲਾ ਰਾਜਨੀਤਿਕ ਵਿਗਿਆਨੀ ਇਹਨਾਂ ਦੇ ਵਿੱਚੋਂ ਮੰਨਿਆ ਗਿਆ ਹੈ ਉਹ ਹੈ ਅਰਸਤੋ ਸੋ ਸਭ ਤੋਂ ਪਹਿਲਾ ਸੰਸਾਰ ਦੇ ਵਿੱਚ ਰਾਜਨੀਤੀ ਪੋਲੀਟਿਕਲ ਨੂੰ ਲੈ ਕੇ ਜਿਹੜਾ ਵਿਗਿਆਨੀ ਵਿਕਸਤ ਹੋਇਆ ਹੈ ਉਹ ਹੈ ਅਰਸਤੋ ਨੈਕਸਟ ਹੈ 36 ਨੰਬਰ ਬਾਬਾ ਗੁਰਦੇਵ ਸਿੰਘ ਦਾ ਸੰਬੰਧ ਕਿਸ ਨਾਲ ਸੀ অপਸ਼ਨ 1 ਹੈ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਦੇ ਨਾਲ অপਸ਼ਨ 2 ਹੈ ਗਦਰ ਅੰਦੋਲਨ ਦੇ ਨਾਲ অপਸ਼ਨ 3 ਹੈ ਜਲਿਆਬਾਗ ਪਾਲਿਕਾ ਦੇ ਨਾਲ অপਸ਼ਨ 4 ਹੈ ਕਮਾਗਾਟਾ ਮਰੂ ਘਟਨਾ ਦੇ ਨਾਲ ਤਾਂ ਬਾਬਾ ਗੁਰਦੇਵ ਦਾ ਇਹਨਾਂ ਦੇ ਵਿੱਚੋਂ ਸੰਬੰਧ ਹੈ ਕਮਾਂਗਾਟਾ ਮਾਰੂ ਘਟਨਾ ਦੇ ਨਾਲ ਸੋ ਇਹ ਕਮਾਂਗਾਟਾ ਮਾਰੂ ਜਿਹੜੇ ਇੱਕ ਜਹਾਜ਼ ਸੀ ਇਸ ਤੇ ਥਰੂ ਜਿਹੜੇ ਪੰਜਾਬੀ ਮੁਕਸੀ ਹੋ ਆ ਰਹੇ ਸੀਗੇ ਸੋ ਇਸ ਦੇ ਵਿੱਚ ਜਿਹੜਾ ਬਾਬਾ ਗੁਰੂਤਾਜੋ ਸ਼ਾਮਿਲ ਸੀਗੇ ਪ੍ਰਮੁੱਖ ਅਗਯਕਤਿਆਂ ਦੇ ਵਿੱਚ ਜਿਹੜੇ ਜਾਣ ਜਾਂਦੇ ਸੀਗੇ 37 ਨੰਬਰ ਕੁਐਸਚਨ ਹੈ ਅਚੰਚੇਤੀ ਨੀਦੀ ਦੀ ਸਥਾਪਨਾ ਦਾ ਅਧਿਕਾਰ ਕਿਸ ਕੋਲ ਹੁੰਦਾ ਹੈ অপਸ਼ਨ 1 ਹੈ ਰਾਸ਼ਟਰਪਤੀ ਦੁਆਰਾ অপਸ਼ਨ 2 ਹੈ ਸੰਸਦ ਦੇ ਦੁਆਰਾ অপਸ਼ਨ 3 ਹੈ ਪ੍ਰਧਾਨ ਮੰਤਰੀ ਦੇ ਦੁਆਰਾ ਅਤੇ অপਸ਼ਨ 4 ਹੈ ਕੈਬਨਟ ਮੰਤਰੀ ਤੇ ਦੁਆਰਾ ਅਚੰਜ ਜੇ ਦੀ ਨਿਧੀ ਜਿਹੜੀ ਹੁੰਦੀ ਹੈਗੀ ਆਗੀ ਸਵਿਸ਼ਤੀ ਸਥਾਪਨਾ ਦਾ ਅਧਿਕਾਰ ਜਿਹੜਾ ਹੁੰਦਾ ਉਹ ਸੰਸਦ ਕੋਲ ਹੀ ਹੁੰਦਾ ਹੈ ਤਕਰੀਬਨ ਜਿੰਨੀਆਂ ਵੀ ਸੰਸਥਾਵਾਂ ਦੀ ਸਥਾਪਨਾ ਹੁੰਦੀ ਹੈ ਉਹ ਸਾਰਿਆਂ ਦੀ ਜਿਹੜੀ ਜ਼ਿੰਮੇਵਾਰੀ ਉਹ ਸੰਸਦ ਦੀ ਹੈ ਸੰਸਦ ਹੀ ਕਿਸ ਨੂੰ ਬਣਾ ਸਕਦੀ ਹੈ ਸੰਸਦ ਹੀ ਜਿਹੜੀ ਹੈ ਉਹ ਕਿਸ ਨੂੰ ਖਤਮ ਕਰ ਸਕਦੀ ਹੁੰਦੀ ਹੈ ਨੈਕਸਟ ਹੈ 38 ਨੰਬਰ ਮੋਗਲ ਚਾਚਕ ਬਾਬਰ ਅਫਗਾਨਿਸਤਾਨ ਦੇ ਕਿਹੜੇ ਕਸਬੇ ਦਾ ਰਹਿਣ ਵਾਲਾ ਸੀ ਆਪਸ਼ਨ 1 ਹੈ ਤੁਰਾ ਬੋਰਾ ਆਪਸ਼ਨ 2 ਹੈ ਪੇਸ਼ਾਵਰ ਆਪਸ਼ਨ 3 ਹੈ ਕਾਬਲ ਅਤੇ ਆਪਸ਼ਨ 4 ਹੈ ਕੰਧਾਰ ਤਬਾਬਰ ਸੀਗਾ ਜਿਹੜਾ ਫਾਗਾਨਿਸਤਾਨ ਦੇ ਇਲਾਕੇ ਦੇ ਵਿੱਚੋਂ ਆਇਆ ਸੀਗਾ ਦੇਸ਼ ਤੋਂ ਆਇਆ ਸੀਗਾ ਸੋ ਇਹ ਰਹਿਣ ਵਾਲਾ ਸੀਗਾ ਕਾਬਲ ਦਾ ਕਾਬਲ ਦਾ ਨਿਵਾਸੀ ਸੀਗਾ ਨੈਕਸਟ ਹੈ 39 ਨੰਬਰ ਕਪਾਹੀ ਬੱਦਲ ਆਮ ਤੌਰ ਤੇ ਕਿਸ ਮੌਸਮ ਵਿੱਚ ਜ਼ਿਆਦਾ ਹੁੰਦੇ ਹਨ ਸੋ ਆਪਸ਼ਨ 1 ਹੈ ਬਸੰਤ ਵਿੱਚ ਆਪਸ਼ਨ 2 ਹੈ ਬਰਸਾਤੀ ਵਿੱਚ ਆਪਸ਼ਨ 3 ਹੈ ਸਰਦੀ ਦੇ ਵਿੱਚ ਅਤੇ ਆਪਸ਼ਨ 4 ਹੈ ਗਰਮੀ ਦੇ ਵਿੱਚ ਕਪਾਹੀ ਬੱਦਲ ਜਿਹੜੇ ਵਰਖਾ ਬਹੁਤ ਘੱਟ ਕਰਦੇ ਨੇ ਬਟਸਾਨੂੰ ਕਪਾਹ ਦੀ ਫੁੱਟ ਦੀ ਤਰ੍ਹਾਂ ਨਜ਼ਰ ਆਉਂਦੇ ਨੇ ਆਸਮਾਨ ਦੇ ਵਿੱਚ ਨਾ ਸੋ ਇਹੇ ਬੱਦਲ ਜਿਹੜੇ ਹੁੰਦੇ ਨੇ ਤਕਰੀਬਨ ਪਾਏ ਜਾਂਦੇ ਆ ਗਰਮੀ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਗਰਮੀ ਦੇ ਕਾਰਨ ਵਾਪਰ ਵਾਟਰ ਵੈਪੋਰੇਸ਼ਨ ਹੁੰਦਾ ਹੈ ਜਿਸ ਕਰਕੇ ਪਾਣੀ ਵੱਡੀ ਮਾਤਰਾ ਦੇ ਵਿੱਚ ਉੱਪਰ ਚਲਾ ਜਾਂਦਾ ਹੈ ਸੋ ਭਾਵੇਂ ਦੀ ਤਰ੍ਹਾਂ ਜਿਹੜੇ ਇਹ ਡਿਵੈਲਪ ਹੁੰਦੇ ਹੈਗੇ ਨੇ ਬਟ ਵਰਖਾ ਬਹੁਤ ਘੱਟ ਕਰਦੇ ਹੈਗੇ ਨੇ ਨੈਕਸਟ ਹੈ ਚੈਲ ਨੰਬਰ ਭਾਰਤ ਵਿੱਚ ਕਸ਼ਮੀਰ ਦੀ ਘਾਟੀ ਵਿੱਚ ਕਿਸ ਤਰ੍ਹਾਂ ਦੇ ਮੈਦਾਨ ਪਾਏ ਜਾਂਦੇ ਹਨ ਸੋ ਆਪਸ਼ਨ 1 ਹੈ ਪੈਨੀਪਲੇਨ অপশন 2 ਹੈ ਤਟਵਰਤੀ ਮੈਦਾਨ অপਸ਼ਨ 3 ਹੈ ਲੋਇਸ ਮੈਦਾਨ ਅਤੇ অপਸ਼ਨ 4 ਹੈ ਸਰੋਬਰੀ ਮੈਦਾਨ ਤੇ ਕਸ਼ਮੀਰ ਦੀ ਜਿਹੜੀ ਘਾਟੀ ਹੈ ਉਸ ਦੇ ਵਿੱਚ ਜਿਹੜੇ ਮੈਦਾਨ ਪਾਏ ਜਾਂਦੇ ਨੇ ਸੋ ਉਹਨਾਂ ਨੂੰ ਸਰੋਬਰੀ ਮੈਦਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਠੀਕ ਹੈ ਤੇ ਰਾਈਟ ਆਨਸਰ ਇਸ ਦਾ ਡੀ অপਸ਼ਨ ਹੋਊਗਾ ਸੋ ਅੱਜ ਦੇ ਸੈਸ਼ਨ ਦੇ ਵਿੱਚ ਇੰਨੇ ਕੁ ਕੁਐਸਚਨ ਸਵਾਸ ਕਰਦਾ ਹਾਂ ਕਿ ਸਭ ਤੇ ਲਈ ਹੈਲਪਫੁਲ ਰਹਿਣਗੇ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੀ ਤੁਸੀਂ ਨਾ ਭੁੱਲੇ ਕਰੋ Thank you so much.